दोस्तों, मैं डॉक्टर मनप्रीत सिंह मान अज अपन डिस्कस करांगे सर्दियों के विच खाण वाले एक ऐसे ड्राई फ्रूट बारे जिदे अपन नूं अनेकां फायदे ने। केड़े केड़े उहदे फायदे ने, केड़े केड़े लोकां नूं खाणा चाहिदा ते किन्हां नूं ओह अवॉइड करना चाहिदा ते किन्नी उहदी मात्रा खाणी चाहिदी, अपां नूं केड़े टाइम खाणा चाहिदा, ये सारा अपां अज डिस्कस करांगे इस वीडियो दे विच। तां आओ शुरू करिए। दोस्तों, अज आपां गल करांगे ड्राई फ्रूट खजूर, जाने कि जिन्हों डेट्स इंग्लिश दे विच कहिंदे ने, इहदे खाण दे आपां नूं की फायदे ने। सब तों पहला फायदा, हार्ट लई बहुत वधिया मन्निया जांदा खजूर नूं, क्योंकि इह स्ट्रोक दा खतरा घट करदी है। दूजा इहदा वड्डा फायदा, जिन्हां दा हेयर फॉल हुंदा, बाल बहुत झड़दे ने सिर दे, उहनां लई बहुत बेनीफिशियल है। ਕਿਵੇਂ? ਕਿਉਂਕਿ ਇਹਦੇ 'ਚ ਆਇਰਨ ਕਾਫੀ ਮਾਤਰਾ 'ਚ ਹੁੰਦਾ। ਜਦੋਂ ਆਇਰਨ ਇਹਦੇ ਨਾਲ ਬਲੱਡ ਸਰਕੂਲੇਸ਼ਨ ਜਿਹੜੀ ਆਪਣੀ ਸਕਾਲਪ ਦੀ ਆ, ਸਿਰ ਦੀ ਖੋਪੜੀ, ਜਿਹੜੀਆਂ ਆਰਟਰੀਜ਼ ਆਉਂਦੀਆਂ ਨੇ, ਉਹ ਸਪਲਾਈ ਵੱਧਦੀ ਆ ਇਹਦੇ ਨਾਲ ਖਾਣ ਨਾਲ। ਜਦੋਂ ਸਪਲਾਈ ਵਧੂਗੀ, ਉਨੀ ਨਿਊਟ੍ਰੀਐਂਟਸ ਬਾਲਾਂ ਨੂੰ ਮਤਲਬ ਮਿਲਣਗੇ, ਖੁਰਾਕ ਮਿਲੂਗੀ ਤੇ ਉਹਨਾਂ ਦਾ ਗਰੋਥ ਹੋਊਗਾ ਤੇ ਬਾਲ ਝੜਨੇ ਘੱਟ ਜਾਂਦੇ ਨੇ। ਤੀਜਾ ਇਹਦਾ ਵੱਡਾ ਫਾਇਦਾ, ਜੇ ਤੁਸੀਂ ਕੋਈ ਵਰਕਆਊਟ ਕਰਦੇ ਹੋ ਜਾਂ ਸਵੇਰੇ ਜਿਵੇਂ ਤੁਸੀਂ ਕੋਈ ਜਿਮ ਜਾਂ ਕੋਈ ਰਨਿੰਗ ਕਰਦੇ ਹੋ, ਸਵੇਰੇ ਖਾਲੀ ਪੇਟੇ ਨੂੰ ਮਤਲਬ ਖਾ ਲਓ ਇਹਨਾਂ ਨੂੰ 5-6 ਖਜੂਰਾਂ ਨੂੰ, ਤਾਂ ਇਹ ਤੁਹਾਨੂੰ એનર્ਜੀ ਦਿੰਦੀ ਹੈ ਇਨਸਟੈਂਟ, ਕਿਉਂਕਿ ਇਹਦਾ ਗਲਾਈਸੀਮਿਕ ਇੰਡੈਕਸ ਕਾਫੀ ਹਾਈ ਹੁੰਦਾ। ਇਹ ਗਲਾਈਸੀਮਿਕ ਇੰਡੈਕਸ ਕੀ ਹੁੰਦਾ, ਮੈਂ ਇਹਦੇ ਤੇ ਸੈਪਰੇਟ ਵੀਡੀਓ ਬਣਾਈ ਹੋਈ ਹੈ, ਤੁਸੀਂ ਉਹ ਚੈੱਕ ਕਰ ਸਕਦੇ ਹੋ ਕਿਹੜੇ ਕਿਹੜੇ ਫੂਡ ਆਉਂਦੇ ਨੇ ਜਿਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਹਾਈ ਹੁੰਦਾ ਤੇ ਕਿਹਨਾਂ ਦਾ ਲੋ ਹੁੰਦਾ। ਕਿ ਜਿਨ੍ਹਾਂ ਦੀ ਸ਼ੂਗਰ ਘਟਦੀ ਆ ਉਹਨਾਂ ਲਈ ਬਹੁਤ ਬੈਨੀਫੀਸ਼ੀਅਲ ਹੈ, ਕਿਉਂਕਿ ਇਨਸਟੈਂਟ ਇਹਦੇ ਨਾਲ એનર્ਜੀ ਮਿਲ ਜਾਂਦੀ ਹੈ, ਇਹਦਾ ਗਲਾਈਸੀਮਿਕ ਇੰਡੈਕਸ ਕਿਉਂਕਿ ਹਾਈ ਆ ਕਾਫੀ। ਤੇ ਹੋਰ ਇਹਦਾ ਫਾਇਦਾ ਆਪਾਂ ਨੂੰ ਬੋਨ ਦੇ ਲਈ ਕਾਫੀ ਬੈਨੀਫੀਸ਼ੀਅਲ ਮੰਨੀ ਜਾਂਦੀ ਹੈ, ਬੋਨ ਦੀ ਓਸਟੀਓਪੋਰੋਸਿਸ ਹੋ ਗਈ ਪ੍ਰੋਬਲਮ ਉਹ ਘਟਾਉਂਦੀ ਹੈ। ਤੇ ਇੱਕ ਜਿਹੜੀ ਇਹ ਫਰਟੀਲਿਟੀ ਮੇਲ ਤੇ ਫੀਮੇਲ ਦੋਨਾਂ ਲਈ ਕਾਫੀ ਬੈਨੀਫੀਸ਼ੀਅਲ ਆ, ਜਿਨ੍ਹਾਂ ਦੀ ਸੀਮਨ ਕੁਆਲਿਟੀ ਪੂਅਰ ਆ ਜਾਂ ਸਪਰਮ ਕਾਉਂਟ ਘੱਟ ਆ ਰਿਹਾ, ਉਹਨਾਂ ਮੇਲ ਦੇ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ ਖਜੂਰ ਜਿਹੜੀ ਖਾਣੀ। ਜਿਨ੍ਹਾਂ ਨੂੰ ਆਈਜ਼ ਦੀ ਪ੍ਰੋਬਲਮ ਆ, ਨਿਗਾਹ ਘੱਟ ਆ ਜਾਂ ਖਾਸ ਕਰਕੇ ਨਾਈਟ ਬਲਾਈਂਡਨੈਸ, ਉਹਨਾਂ ਲਈ ਖਜੂਰ ਕਾਫੀ ਲਾਹੇਵੰਦ ਆ, ਕਿ ਆਈਸਾਈਟ ਵੀ ਇਨਕਰੀਜ਼ ਕਰਦੀ ਹੈ ਇਹ। ਪੇਟ ਦੀ ਕੋਈ ਸਮੱਸਿਆ ਰਹਿੰਦੀ ਹੈ ਕਿਸੇ ਨੂੰ, ਕਬਜ਼ ਦੀ, ਉਹਦੇ ਲਈ ਵੀ ਕਾਫੀ ਲਾਹੇਵੰਦ ਆ, ਕਿਉਂਕਿ ਇਹ 'ਚ ਫਾਈਬਰ ਜਿਹੜਾ ਕਾਫੀ ਮਾਤਰਾ 'ਚ ਪਾਇਆ ਜਾਂਦਾ, ਅਪਰੋਕਸੀਮੇਟ 32% ਫਾਈਬਰ ਹੁੰਦਾ ਇਹਦਾ ਕੰਟੈਂਟ। ਤੇ ਨਰਵਸ ਸਿਸਟਮ ਦੇ ਹੈਲਦੀ ਗਰੋਥ ਦੇ ਲਈ ਵੀ ਬਹੁਤ ਲਾਹੇਵੰਦ ਆ ਜਿਹੜੀ ਖਜੂਰ ਦਾ ਸੇਵਨ। ਤਾਂ ਇਹ ਸੀਗੇ ਇਹਦੇ ਖਜੂਰ ਖਾਣ ਦੇ ਆਪਾਂ ਨੂੰ ਬੈਨੀਫਿਟਸ, ਕੀ ਆਪਾਂ ਨੂੰ ਇਹਦੇ ਲਾਭ ਹੁੰਦੇ ਨੇ ਖਾਣ ਦੇ ਨਾਲ। ਤੇ ਹੁਣ ਆਪਾਂ ਗੱਲ ਕਰੀਏ ਇਹਦੇ 'ਚ ਕੰਟੈਂਟ ਇਹਦੇ ਕੀ ਹੁੰਦੇ ਨੇ। ਮੋਸਟਲੀ ਇਹਦੇ 'ਚ ਜਿਹੜੇ ਫਾਈਬਰ ਹੁੰਦੇ ਨੇ 32% ਜਿਹੜਾ ਇਹਦਾ ਪਾਰਟ ਆ, ਬਾਕੀ ਕਾਰਬੋਹਾਈਡਰੇਟਸ ਹੁੰਦੇ ਨੇ ਤੇ ਕੁਝ ਮਾਤਰਾ ਦੇ ਵਿੱਚ ਇਹਦੇ 'ਚ ਮਿਨਰਲ ਵੀ ਪਾਏ ਜਾਂਦੇ ਨੇ, ਜਿਵੇਂ ਪੋਟਾਸ਼ੀਅਮ ਸਭ ਤੋਂ ਵੱਧ ਪਾਇਆ ਜਾਂਦਾ, ਮੈਗਨੀਜ਼, ਪੋਟਾਸ਼ੀਅਮ 19% ਹੁੰਦਾ ਇਹਦੇ 'ਚ, ਮੈਗਨੀਜ਼ ਤੇ ਕਾਪਰ ਵੀ ਹੁੰਦਾ ਥੋੜ੍ਹਾ ਜਿਹਾ ਇਹਦੀ ਥੋੜ੍ਹੀ ਜਿਹੀ ਮਾਤਰਾ, ਤੇ ਵਿਟਾਮਿਨ ਹੁੰਦੇ ਨੇ ਇਹਦੇ 'ਚ, B6, ਨਾਇਆਸੀਨ ਤੇ ਫੋਲੀਏਟ। ਹੁਣ ਆਪਾਂ ਗੱਲ ਕਰਾਂਗੇ ਕਿਸ ਟਾਈਮ ਆਪਾਂ ਨੂੰ ਇਹ ਖਾਣੀ ਚਾਹੀਦੀ ਹੈ। ਮੋਸਟਲੀ ਆਪਾਂ ਨੂੰ ਸਵੇਰ ਦੇ ਟਾਈਮ ਜੇ ਆਪਾਂ ਖਾ ਲਈ ਖਾਲੀ ਪੇਟ, ਕੋਈ ਆਪਾਂ ਜੇ ਕੋਈ ਕੰਮ ਕਰਨਾ, ਬਹੁਤ ਬੈਨੀਫਿਸ਼ੀਅਲ ਹੈ। ਕਿੰਨੀਆਂ ਖਾਣੀ ਚਾਹੀਦੀਆਂ ਨੇ? 5-6 ਖਜੂਰਾਂ ਆਪਾਂ ਦਿਨ ਦੇ ਵਿੱਚ ਖਾ ਲੈਣੀ ਚਾਹੀਦੀਆਂ ਨੇ ਆਪਾਂ ਨੂੰ, ਕਿ ਜੇ ਆਪਾਂ ਜ਼ਿਆਦਾ ਖਾਵਾਂਗੇ ਫਿਰ ਉਹਨਾਂ ਦਾ ਵੀ ਨੁਕਸਾਨ ਆ। ਹੁਣ ਦੋਸਤੋ ਆਪਾਂ ਗੱਲ ਕਰਾਂਗੇ ਕਿਹਨਾਂ ਪੇਸ਼ੈਂਟਸ ਨੂੰ ਖਜੂਰ ਨਹੀਂ ਖਾਣੀ ਚਾਹੀਦੀ, ਕਿਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ ਜਿਹੜੇ ਖਜੂਰ ਦਾ ਸੇਵਨ। ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਆ, ਖਾਸ ਕਰਕੇ ਜਿਨ੍ਹਾਂ ਦੇ ਇਨਸੁਲਿਨ ਲੱਗਦਾ ਇੰਜੈਕਸ਼ਨ, ਉਹਨਾਂ ਨੂੰ ਬਿਲਕੁਲ ਨਹੀਂ ਖਾਣੀ ਚਾਹੀਦੀ ਇਹ, ਕਿਉਂਕਿ ਇਹਦਾ ਗਲਾਈਸੀਮਿਕ ਇੰਡੈਕਸ ਕਾਫੀ ਹਾਈ ਹੁੰਦਾ ਹੈ, ਸ਼ੂਗਰ ਰੇਜ਼ ਕਰ ਸਕਦੀ ਹੈ ਉਹਨਾਂ ਦਾ ਇੱਕਦਮ। ਦੂਜਾ, ਜਿਨ੍ਹਾਂ ਨੂੰ ਬਲੀਡਿੰਗ ਟੈਂਡੈਂਸੀ ਹੈ ਜਿਨ੍ਹਾਂ ਦੇ ਵਿੱਚ, ਖਾਸ ਕਰਕੇ ਔਰਤਾਂ ਜਿਨ੍ਹਾਂ ਦੇ ਬਲੀਡਿੰਗ ਜ਼ਿਆਦਾ ਹੁੰਦੀ ਹੈ ਮੈਂਸਿਸ ਦੇ ਵਿੱਚ, ਉਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ ਇਹ, ਕਿਉਂਕਿ ਇਹਦੀ ਤਸੀਰ ਗਰਮ ਆ, ਜਾਂ ਜਿਹੜੇ ਤਸੀਰ ਜਿਨ੍ਹਾਂ ਦੀ ਨੈਚੁਰਲੀ ਜਿਹੜੇ ਬੰਦੇ ਨੇ, ਕੋਈ ਵੀ ਪਰਸਨ ਆ ਜਿਨ੍ਹਾਂ ਦੀ ਕਈਆਂ ਦੀ ਠੰਡੀ ਹੁੰਦੀ ਹੈ, ਕਈਆਂ ਦੀ ਗਰਮ, ਕਈਆਂ ਦੀ ਨਿਊਟਰਲ ਜੀ ਹੁੰਦੀ ਆ, ਜਿਨ੍ਹਾਂ ਦੀ ਜ਼ਿਆਦਾ ਗਰਮ ਆ ਨਾ ਉਹ ਨਾ ਖਾਣ, ਇਹਨੂੰ ਸਰਦੀ ਵਿੱਚ ਵੀ ਨਾ ਖਾਣ, ਕਿਉਂਕਿ ਇਹ ਨਕਸੀਰ ਵੀ ਚਲਾ ਸਕਦੀ ਹੈ ਉਹਨਾਂ ਦੀ ਗਰਮ ਹੋਣ ਕਰਕੇ। ਕਈ ਵਾਰੀ ਜ਼ਿਆਦਾ ਖਾਓ, ਕਈਆਂ ਦੇ ਪਿਸ਼ਾਬ ਦੇ ਵਿੱਚ ਵੀ ਕਈ ਵਾਰ ਬਲੱਡ ਆਉਣ ਲੱਗ ਜਾਂਦਾ,
ਜਾਂ ਪਾਈਲਸ ਦੀ ਪ੍ਰੋਬਲਮ ਹੋ ਜਾਂਦੀ ਆ, ਲੈਟਰਿਨ ਦੇ ਵਿੱਚ ਖੂਨ ਆਉਣ ਲੱਗ ਜਾਂਦਾ, ਇਸ ਕਰਕੇ ਫੀਮੇਲ ਦੇ ਮੈਂਸਿਸ ਦੀ ਬਲੀਡਿੰਗ ਜ਼ਿਆਦਾ ਹੋ ਜਾਂਦੀ ਆ। ਤਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਤਸੀਰ ਗਰਮ ਆ, ਉਹਨਾਂ ਨੂੰ ਇਹਦਾ ਸੇਵਨ ਪਰਹੇਜ਼ ਦੇ ਨਾਲ ਮਤਲਬ ਥੋੜ੍ਹੀ ਮਾਤਰਾ 'ਚ ਖਾਣੀ ਚਾਹੀਦੀ ਹੈ ਜੇ ਖਾਣੀ ਪਈ ਹੈ, ਜਾਂ ਅਵੋਇਡ ਕਰਨੀ ਚਾਹੀਦੀ ਹੈ। ਤਾਂ ਇਹ ਹੋ ਗਏ ਸਾਰੇ ਇਹਦੇ, ਕਿਹੜੇ ਕਿਹੜੇ ਲੋਕਾਂ ਨੂੰ ਇਹ ਖਜੂਰ ਨਹੀਂ ਖਾਣੀ ਚਾਹੀਦੀ।